ਉਹ ਸਾਹਮਣੇ ਢਿੱਡ ਲੱਗਾ ਨਾ ਕੈਂਟ, ਹਾਂਜੀ, ਤੇ ਫਿਰ ਮੈਂ ਉਧਰ ਨੂੰ ਗਿਆ ਤੋ ਕਹਿੰਦੇ ਨੋ ਫੋਟੋ, ਹਾਂਜੀ ਹਾਂਜੀ ਇਟਸ ਓਕੇ। ਆਪਾਂ ਸਰੀ ਦੀ 135 ਏ ਸਟਰੀਟ ਤੇ ਆ ਜੀ। ਤੁਸੀਂ ਇੱਥੇ ਦੇਖ ਸਕਦੇ ਹੋ ਤਕਰੀਬਨ 100 ਦੇ ਨੇੜੇ ਜਿਹੜੇ ਆ ਟੈਂਟ ਲੱਗੇ ਹੋਏ ਆ। ਸੋ ਇਹ ਜਿਹੜੇ ਲੋਕ ਕਹਿੰਦੇ ਆ ਕਿ ਆਪਣੇ ਕੈਨੇਡਾ ਦੇ ਵਿੱਚ ਕੁਛ ਹੋ ਨਹੀਂ ਸਕਦਾ, ਇਹੋ ਜਿਹਾ ਮਾੜੇ ਦਿਨ ਨਹੀਂ ਕੋਈ ਦੇਖ ਸਕਦੇ ਜਾਂ ਗਰੀਬੀ ਨਹੀਂ ਹੁੰਦੀ, ਇਹ ਚਾਹੁੰਦੇ ਆ ਵੀ ਥੋੜ੍ਹਾ ਜਿਹਾ ਦੇਖ ਲਵੋ ਵੀ ਇੱਥੇ ਵੀ ਜਿਹੜੇ ਨੇ ਲੋਕ ਕਿਸੇ ਵੀ ਵਜ੍ਹਾ ਕਰਕੇ ਮੈਂਟਲ ਇਲਨੈਸ ਕਰਕੇ ਜਾਂ ਇੱਥੇ ਨੇ ਜੀ, ਜਾਂ ਇੱਥੇ ਹੋ ਸਕਦਾ ਤੁਸੀਂ ਡਰੱਗ ਅਡਿਕਸ਼ਨ ਜਾਂ ਕੋਈ ਇਹੋ ਜਿਹੀ ਬਿਮਾਰੀ ਆ ਜਿਸ ਦੇ ਨਾਲ ਤੁਹਾਨੂੰ ਕੰਮ ਤੋਂ ਉਹਨਾਂ ਨੇ ਇਨਕੇਪੇਬਲ ਹੋ ਗਏ ਹੋ ਅਤੇ ਉਸ ਤੋਂ ਬਾਅਦ ਤੁਹਾਡੇ ਤੋਂ ਕੰਮ ਹੋ ਨਹੀਂ ਰਿਹਾ, ਤਾਂ ਫਿਰ ਤੁਸੀਂ ਹੌਲੀ ਹੌਲੀ ਇਹੋ ਜਿਹੀ ਜਗ੍ਹਾ 'ਤੇ ਪਹੁੰਚ ਜਾਣਾ ਜੋ ਤੁਸੀਂ ਆਪਣਾ ਰੈਂਟ ਨਹੀਂ ਦੇ ਸਕਦੇ ਹੁੰਦੇ। ਸੋ ਆਹ ਰਿਐਲਿਟੀ ਹੈ ਜੀ ਇੱਥੋਂ ਦੀ। ਅਤੇ ਆਪਾਂ ਇੱਥੇ ਗਾਹੇ ਵਗਾਹੇ ਆ ਕੇ ਜਿੰਨਾ ਵੀ ਕੋਈ ਵਕਤ ਲੱਗਦਾ ਆਪਣੇ ਤੋਂ ਆਪਾਂ ਆ ਕੇ ਇੱਥੇ ਸੇਵਾ ਕਰਦੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਦੋਸਤਾਂ ਮਿੱਤਰਾਂ ਨੂੰ ਇਸ ਥਾਂ ਦਾ ਪਤਾ ਲੱਗੇ ਤਾਂ ਕਿ ਜਦੋਂ ਕਦੇ ਉਹਨਾਂ ਦੇ ਘਰ ਕੋਈ ਬਰਥਡੇ, ਕੋਈ ਐਨੀਵਰਸਰੀ, ਕੋਈ ਬਾਬਾ ਜੀ ਦਾ ਕੋਈ ਖਾਸ ਦਿਨ ਆ ਜਿੱਥੇ ਉਹਨਾਂ ਨੇ ਇਹ ਸਾਰੇ ਕੰਮ ਆਪਾਂ ਨੂੰ ਅਟੈਂਡ ਕਰਨ ਨੂੰ ਕਿਹਾ ਵੀ ਜਿੱਥੇ ਲੋੜਵੰਦ ਆ ਉੱਥੇ ਜਾਓ। ਸੋ ਇਹ ਉਹੀ ਜਗ੍ਹਾ ਜੀ। ਸੋ ਜਦੋਂ ਵੀ ਇੱਥੇ ਕੋਈ ਆਉਂਦਾ ਮਨ ਭਰੇ ਆਉਂਦਾ, ਅੱਖਾਂ ਭਰੇ ਆਉਂਦੀਆਂ, ਬਹੁਤ ਪਰੇਸ਼ਾਨੀ ਲੱਗਦੀ ਹੈ, ਪਰ ਇਹ ਸਾਰੇ ਦੋਸਤ ਨੇ ਜੀ ਇੱਥੋਂ ਦੇ, ਇਹਨਾਂ ਦੀ ਵੀ ਜ਼ਿੰਦਗੀ ਬੜੀ ਵਧੀਆ ਸੀ ਕਿਸੇ ਵੇਲੇ, ਅਤੇ ਹੁਣ ਜੋ ਤੁਸੀਂ ਇੱਕ ਇੱਕ ਨਾਲ ਗੱਲ ਕਰਦੇ ਹੋ, ਕਿਸੇ ਦਾ ਕੋਈ ਵਧੀਆ ਬੈਕਗਰਾਊਂਡ ਆ, ਕਿਸੇ ਦਾ ਕੋਈ ਵਧੀਆ ਬੈਕਗਰਾਊਂਡ ਆ, ਬੱਚੇ ਨੇ 27-28 ਸਾਲਾਂ ਦੇ, 40-50 ਸਾਲਾਂ ਦੇ, 90 ਸਾਲ ਦੇ, ਇੱਥੇ ਹਰ ਤਰ੍ਹਾਂ ਦੇ ਜਿਹੜੀ ਏਜ ਦੇ ਲੋਕ ਹੈਗੇ ਆ। ਅਤੇ ਉਸ ਤੋਂ ਬਾਅਦ ਹੌਲੀ ਹੌਲੀ ਇਹ ਗੱਲ ਹੁੰਦਾ ਕਿ ਇਸ ਤੋਂ ਬਾਅਦ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਆਪਾਂ ਬਚਾ ਸਕਦੇ ਹਾਂ, ਅਤੇ ਮੋਸਟਲੀ ਜਿਹੜੇ ਨੇ ਉਹ ਡਰੱਗ ਓਵਰਡੋਜ਼ ਦੇ ਨਾਲ ਜਾਂ ਠੰਡ ਦੇ ਨਾਲ ਜਾਂ ਭੁੱਖ ਦੇ ਨਾਲ ਕਿਸੇ ਬਿਮਾਰੀ ਠਮਾਰੀ ਦੇ ਨਾਲ, ਕਿਉਂਕਿ ਇੱਥੇ ਇਮਿਊਨ ਸਿਸਟਮ ਬਹੁਤ ਘੱਟ ਜਾਂਦਾ, ਅਤੇ ਫਿਰ ਉਸ ਤੋਂ ਬਾਅਦ ਮੈਡੀਕਲ ਕੇਅਰ ਨਹੀਂ ਹੈ, ਡੈਂਟਲ ਕੇਅਰ ਨਹੀਂ ਹੈ ਕੋਈ ਇਹੋ ਜਿਹੀ, ਫਿਰ ਬਹੁਤ ਪਰੇਸ਼ਾਨੀ ਹੁੰਦੀ ਹੈ। ਸੋ ਉਹ ਫਿਰ ਉਹ ਪੂਰੇ ਹੋ ਜਾਂਦੇ ਆ ਜੀ। ਸੋ ਆਹੀ ਰਿਐਲਿਟੀ ਹੈ ਤੁਹਾਨੂੰ ਜੇ ਤੁਸੀਂ ਕੈਨੇਡਾ ਦੀ ਰਿਐਲਿਟੀ ਦੇਖਣੀ ਹੈ ਜਾਂ ਸਰੀ ਦੀ ਰਿਐਲਿਟੀ ਦੇਖਣੀ ਹੈ 135 ਏ ਸਟਰੀਟ 'ਤੇ। ਹਾਂ, ਅਤੇ ਅੱਜ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਰਾਹ 'ਤੇ ਜਿਹੜਾ ਵੰਡ ਛਕੋ ਦੀ ਗੱਲ ਹੈ, ਉਹ ਵੰਡ ਛਕੋ ਵਾਲੀ ਗੱਲ ਕਰਨ ਲਈ ਆਪਾਂ ਇੱਥੇ ਆਉਂਦੇ ਰਹਿੰਦੇ ਹਾਂ, ਅਤੇ ਨਾਲ ਬਹੁਤ ਸਾਰੇ ਦੋਸਤ ਵੀ ਪਹੁੰਚੇ ਹੋਏ ਨੇ, ਉਹ ਵੀ ਸੇਵਾ ਕਰ ਰਹੇ ਨੇ ਜੀ ਇੱਥੇ, ਤੁਹਾਨੂੰ ਦਿਖਾ ਦਈਏ। ਸੋ ਜੇ ਕਿਸੇ ਕੋਲ ਵਕਤ ਹੋਵੇ ਅੱਜ ਸ਼ਾਮ ਨੂੰ ਫਿਰ 5 ਵਜੇ ਆਪਾਂ ਇੱਥੇ ਫਿਰ ਲੰਚ ਆਪਾਂ ਸਰਵ ਕਰਨਾ, ਪਰ I'm going to come talk to you. I'm going to come talk to you. Oh my god, how are you? You know, I'm going to talk to you a little later because I need you to sing okay. the same song again if you're this okay. This light? Yes. Where? Inside? You know what? Well, I'll talk to you in a bit. Okay. Do you want can you sing just a little okay. bit? Just yeah, look okay. at this. This little light of mine, we gon' let it shine. Oh, and this little light of mine, we gon' let it shine. Oh, this little light of mine, oh yes, we gon' let it shine. Let it shine, let it shine, let it shine. Thank oh, you. Yes. Thank you. I know you're not feeling that good today, so I'm not gonna ask you to sing more, but thank you. Thank yeah, you. I'm getting better.
I'm gonna come talk to you because on November 12th, right, we're doing an event, and if it's okay, we'd like to invite you and come and sing. Yes, I would love it. Yeah? Yeah, of good. Course. And if there could be, you know, well, I'll talk to you later. If right. there's gonna be other good friends here who can sing and we can do something there, we'll take them all. Okay. And a beautiful okay. Okay, event. I'll talk to you. I'll talk okay. to you. I'll talk to you in a bit. Raj. Oh, Randeep is back here again. Ji, pleasure. I'm so glad. Lord Ji. Ah, Sadi. So, hello. This family has been prepared for their service. Hi there, how are you? It's getting a bit chilly, eh? Yeah, yes. Just before it gets kind of a little harder, right? This is still okay today. Hello, Ji. Appa, Asara Parvar Haga. Ji, Sahi Gala. Thank you, Sarabji Tharaneke. I enjoy the movement and moment. And also, stay happy always. Aap sab da bohut bohut tanwaad. 135 A Street se aan ji, Appa. Ithe aake tusi kise vele vi, koi vi jada, koi kush apna ਦੇਣ ਦਾ ਮਨ ਕਰਦਾ, ਕੁਛ ਆਪਣਾ ਸਾਂਝ ਪਾਉਣ ਦਾ ਜੀ ਕਰਦਾ, ਕੁਛ ਵੰਡਣ ਦਾ ਜੀ ਕਰਦਾ, ਤਾਂ ਤੁਸੀਂ ਆ ਸਕਦੇ ਹੋ. ਪਿੱਛੇ ਇੱਕ ਸੁਸਾਇਟੀ ਤੁਹਾਨੂੰ ਦਿਖਾ ਦਿਆਂ, ਲੁੱਕ ਆਊਟ ਸੁਸਾਇਟੀ. ਕਈ ਵਾਰੀ ਇੱਥੇ ਆਇਆ ਪਤਾ ਜਾਂ ਨਹੀਂ ਲੱਗਦਾ ਵੀ ਆਪਾਂ ਕੀ ਕਰੀਏ, ਤਾਂ ਤੁਸੀਂ ਉੱਥੇ ਜਾਓ, ਉਹਨਾਂ ਨੂੰ ਗੱਲ ਕਰੋ ਵੀ ਅਸੀਂ ਆ ਸਾਂਝਾ ਕਰਨਾ ਚਾਹੁੰਦੇ ਹਾਂ. ਭਾਵਾਂ ਆਪਾਂ ਕੋਈ ਖਾਣ ਪੀਣ ਦਾ ਸਮਾਨ ਦੇਣਾ ਚਾਹੁੰਦੇ ਹਾਂ, ਕੋਈ ਆਪਣੇ ਬਰਥਡੇ ਆ, ਕੋਈ ਐਨੀਵਰਸਰੀ, ਆਪਣੇ ਬਜ਼ੁਰਗਾਂ ਦਾ ਕੋਈ ਖਾਸ ਦੇਣਾ, ਤਾਂ ਤੁਸੀਂ ਇੱਥੇ ਆ ਸਕਦੇ ਹੋ. ਅਤੇ ਜਾਂ